ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਸ ਇਜ਼ ਰਮਨ ਸ਼ਰਮਾ। ਕੱਲ੍ਹ ਦਾ ਵੀਡੀਓ ਦੱਸੋ ਫਿਰ ਕਿਵੇਂ ਦਾ ਸੀ? ਜਿਹਨੇ ਜਿਹਨੇ ਲਿਸਟ ਆਫ ਹੈਡਿੰਗ ਦੇਖੇ, ਮੈਨੂੰ ਲੱਗਦਾ ਵੀ ਕਮਾਲ ਹੋ ਗਿਆ, ਕਿਉਂਕਿ ਸਟੂਡੈਂਟ ਅਤੇ ਟੀਚਰ ਨੂੰ ਮੈਂ ਇਨਵੋਲਵ ਕਰਕੇ ਹੁਣ ਵੀਡੀਓ ਬਣਾਉਣ ਲੱਗਿਆ। ਅੱਜ ਦੇ ਵੀਡੀਓ 'ਚ ਵੀ ਸੇਮ ਮੈਥਡ ਹੋਏਗਾ। ਅੱਜ ਪੜ੍ਹਾਊਂਗਾ ਰੀਡਿੰਗ ਦੇ MCQ, ਅਤੇ MCQ ਇੱਕ ਅੱਧੇ ਅੱਖਰਾਂ ਜਾਂ ਦੋ ਅੱਖਰਾਂ ਵਾਲੇ ਨਹੀਂ, ਇੰਨੇ ਵੱਡੇ ਵੱਡੇ MCQ ਜਿਹਨੂੰ ਦੇਖ ਕੇ ਦਿਮਾਗ ਚੱਕਰਾ ਜੂਗਾ। ਜਿਹੜੇ ਬੱਚੇ ਨੂੰ ਲੱਗਦਾ ਕਿ ਰਮਨ ਸਰ ਮੇਥੋਂ ਰੀਡਿੰਗ ਹੁੰਦੀ ਨਹੀਂ ਹੈਗੀ ਨਾ, ਅੱਜ ਦੇ ਰੀਡਿੰਗ ਤੋਂ ਔਖਾ ਪੇਪਰ ਆ ਗਿਆ, ਮੈਂ ਜ਼ਿੰਮੇਵਾਰ ਹਾਂ, ਮੈਂ ਔਨ ਕੈਮਰਾ 'ਤੇ ਬੋਲ ਰਿਹਾ। ਇਸ ਤਰੀਕੇ ਨਾਲ ਪੜ੍ਹਾਊਂਗਾ ਕਿ ਤੁਹਾਨੂੰ ਇਹ ਲੱਗੂਗਾ ਕਿ ਰਮਨ ਨੇ ਸਾਡੇ ਦਿਮਾਗ ਨੂੰ ਨਾ ਕੀ ਪੋਲਿਸ਼ ਕਰਿਆਗਾ, ਕਿਵੇਂ ਸਿਖਾਇਆਗਾ, ਮਜ਼ਾ ਆ ਗਿਆ। ਬਸ ਇੱਕ ਗੱਲ ਨੋਟ ਕਰ ਲਿਓ, ਵੀਡੀਓ ਨੂੰ ਆਪਾਂ ਇਸ ਤਰੀਕੇ ਨਾਲ ਲੈ ਕੇ ਚੱਲਾਂਗੇ। ਅੱਗੇ 4-5 ਕੁਸ਼ਚਨ ਹੋਣੇ ਆ। ਇੱਕ ਕੁਸ਼ਚਨ ਮੰਨ ਲਓ MCQ ਦਾ ਕਰਨ ਦੇ ਲਈ ਮੈਂ ਤੁਹਾਨੂੰ ਟਾਈਮ ਦੇਊਂਗਾ, ਜਿਵੇਂ ਕੱਲ੍ਹ ਦੇ ਵੀਡੀਓ 'ਚ ਦਿੱਤਾ ਸੀਗਾ। 1 ਮਿੰਟ ਤੁਹਾਨੂੰ ਦੇਊਂਗਾ, ਸਾਰਾ ਕੁਛ ਸ਼ੋਅ ਕਰੂੰਗਾ, ਐਂਸਰ ਪੁੱਛੂੰਗਾ, ਦੱਸੋ ਕੀ ਹੈ, ਅਤੇ ਤੁਸੀਂ ਆਪਣਾ ਐਂਸਰ ਲੱਭ ਕੇ ਦੇਖਿਓ। ਫਿਰ ਉਸੇ ਕੁਸ਼ਚਨ ਨੂੰ ਮੈਂ ਆਪਣੇ ਤਰੀਕੇ ਨਾਲ ਸੋਲਵ ਕਰਾਊਂਗਾ। ਜੇ ਤਾਂ ਤੁਹਾਡਾ ਐਂਸਰ ਗਿਆ ਬਿਲਕੁਲ ਠੀਕ, ਫਿਰ ਤਾਂ ਬਾਬਾ ਜੀ ਆਪਾਂ ਕਿੰਗ ਹਾਂ। ਜੇ ਨਹੀਂ ਠੀਕ ਗਿਆ ਫਿਰ ਆਪਾਂ ਨੂੰ ਆਪਣੀਆਂ ਗਲਤੀਆਂ ਪਤਾ ਲੱਗਣੇ ਵੀ ਰਮਨ ਨੇ ਐਵੇਂ ਕਰਿਆ, ਮੈਂ ਐਵੇਂ ਕਰਿਆ। ਬੱਚਾ ਦੁੱਗਣਾ ਕੀ ਚੌਗਣਾ ਸਿੱਖੂਗਾ। ਟਾਈਮ ਨੂੰ ਬਿਲਕੁਲ ਵੇਸਟ ਨਹੀਂ ਕਰਦੇ, ਕਮਾਲ ਦੀ ਵੀਡੀਓ ਬਣਾਊਂਗਾ MCQ, ਅਤੇ ਹੁਣ ਤਾੜ ਵੀਡੀਓਜ਼ ਆਉਣਗੀਆਂ। ਬਸ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ, ਤੁਹਾਡਾ ਰਮਨ ਤੁਹਾਡੇ ਨਾਲ ਹੈ। ਲਵ ਯੂ ਸਾਰਿਆਂ ਨੂੰ, ਅਤੇ ਖਿੱਚ ਕੇ ਚੱਲਦੇ ਹਾਂ ਆਪਣੀ ਕਲਾਸ MCQ। ਸੋ ਮਿੱਤਰ ਪਿਆਰਿਓ, ਸਿੰਪਲ ਜੀ ਗੱਲ ਹੈ, ਇੱਕ ਕੁਸ਼ਚਨ ਕਰਨ ਦੇ ਲਈ ਤੁਹਾਨੂੰ ਮੈਂ ਦੇਊਂਗਾ 45 ਸੈਕਿੰਡ। ਲੋਕੇਸ਼ਨ ਮੈਂ ਮਾਰਕ ਕਰਕੇ ਦੇ ਦੂੰਗਾ, 45 ਸੈਕਿੰਡ 'ਚ ਤੁਸੀਂ ਐਂਸਰ ਲੱਭਣਾ ਹੈਗਾ। ਜੇ ਲੱਭ ਲਿਆ ਯੂ ਆਰ ਬੈਸਟ, ਨਹੀਂ ਲੱਭਿਆ ਮੈਂ ਪੜ੍ਹਾਊਂਗਾ। ਜੇ ਲੱਭ ਲਿਆ ਆਪਣਾ ਐਂਸਰ ਸਾਈਡ 'ਤੇ ਲਿਖ ਲਿਓ, ਮੇਰੇ ਪੜ੍ਹਾਈ ਤੋਂ ਬਾਅਦ ਦੇਖਿਓ ਕਿ ਕਿਵੇਂ ਐਂਸਰ ਸਹੀ ਹੈ ਜਾਂ ਗਲਤ ਹੈ। ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਫਸਟ ਕੁਸ਼ਚਨ ਹੈ ਕਿ ਵਟ ਡੂ ਵੀ ਲਰਨ ਅਬਾਊਟ ਚੈਰਿਟੀਜ਼ ਇਨ ਦਾ ਫਸਟ ਪੈਰਾਗ੍ਰਾਫ। ਮੈਂ ਤੁਹਾਡੇ ਲਈ ਆਹ ਫਸਟ ਪੈਰਾਗ੍ਰਾਫ ਇੱਥੇ ਲਿਆ ਕੇ ਰੱਖਤਾ, ਅਤੇ ਚੈਰਿਟੀ ਤੋਂ ਅਸੀਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਕੀ ਸਿੱਖਦੇ ਹਾਂ, ਅਤੇ ਸਭ ਤੋਂ ਵਧੀਆ ਗੱਲ ਪਤਾ ਕੀ ਆ, ਆਹ ਕੀਵਰਡ ਚੈਰਿਟੀ ਸੀਗਾ ਤਾਂ ਚੈਰਿਟੀ ਮੈਨੂੰ ਸਟਾਰਟਿੰਗ 'ਚ ਮਿਲ ਗਿਆ। ਅਤੇ ਯਾਦ ਰੱਖਿਓ, ਮੈਂ ਤੁਹਾਨੂੰ ਇੰਨਾ ਮਾਰਕ ਕਰਦਾ ਨਾ, ਆਲੋ ਇਹ ਤੁਹਾਡੇ ਲਈ ਮੈਂ ਇੰਨੀ ਹੈਲਪ ਕਰਦਾ ਨਾ, ਜਿਹੜਾ ਮੈਂ ਰੈੱਡ ਕੀਤਾ ਐਂਸਰ ਇਹਦੇ ਵਿੱਚ ਹੈ। ਚੈਰਿਟੀ ਤੋਂ ਪਹਿਲੇ ਪੈਰਾਗ੍ਰਾਫ 'ਚ ਕੀ ਸਿੱਖਦੇ ਹਾਂ, ਐਂਸਰ ਜਿੰਨਾ ਮਾਰਕ ਕੀਤਾ ਇਹਦੇ 'ਚ ਹੈ। ਤੁਹਾਨੂੰ ਮੈਂ 45 ਸੈਕਿੰਡ ਦਾ ਟਾਈਮ ਦੇ ਰਿਹਾ, ਐਂਸਰ ਸੋਚ ਕੇ ਨੀਚੇ ਆਪਸ਼ਨ ਦੇ ਲਾ ਕੇ ਦਿਖਾ ਦਿਓ। A, B, C, D 4 'ਚੋਂ 1 ਆਊਗਾ, ਦੇਖਦੇ ਹਾਂ ਤੁਸੀਂ ਕੀ ਐਂਸਰ ਲਾਉਂਦੇ ਹੋ। ਤੁਹਾਡਾ ਟਾਈਮ ਸਟਾਰਟ ਹੁੰਦਾ ਹੈ ਹੁਣ। ਸ਼ਾਬਾਸ਼ ਸ਼ਾਬਾਸ਼, ਦੇਖੋ ਵਧੀਆ ਤਰੀਕੇ ਨਾਲ ਪੜ੍ਹੋ। ਨਿਕਲੇਗਾ ਐਂਸਰ, ਸ਼ਾਬਾਸ਼। 15 ਸੈਕਿੰਡਸ ਲੈਫਟ ਓਨਲੀ। ਟਾਈਮ ਓਵਰ। ਮੈਨੂੰ ਨਹੀਂ ਪਤਾ ਤੁਹਾਨੂੰ ਐਂਸਰ ਲਾਇਆ ਕਿ ਨਹੀਂ ਲਾਇਆ, ਪਰ ਮੈਂ ਇਸ ਮੈਥਡ ਨਾਲ ਤੁਹਾਨੂੰ ਪੜ੍ਹਾਊਂਗਾ ਕਿ ਤੁਹਾਨੂੰ ਇਹ ਲੱਗੇ ਵੀ ਅਸੀਂ ਵੀ ਕਲਾਸ 'ਚ ਕੋਈ ਸਾਡੀ ਪਾਰਟੀਸਪੇਸ਼ਨ ਹੈ। ਮੈਂ ਇਕੱਲਾ ਪੜ੍ਹਾ ਕੇ ਨਹੀਂ ਜਾਊਂਗਾ, ਬਲਕਿ ਹੁਣ ਤੁਹਾਨੂੰ ਇੱਕ ਐਂਸਰ ਲਾ ਲਿਆ ਨਾ, ਹੁਣ ਮੈਂ ਪੜ੍ਹਾ ਕੇ ਦਿਖਾਊਂਗਾ ਅਤੇ ਆਪਾਂ ਮੈਚ ਕਰਾਂਗੇ ਵੀ ਦੋਨਾਂ 'ਚੋਂ ਸਹੀ ਕਿਹਦਾ ਐਂਸਰ ਹੈ, ਤੁਹਾਡਾ ਗਿਆ ਜਾਂ ਨਹੀਂ ਗਿਆ। ਜੇ ਤੁਹਾਡਾ ਸਹੀ ਐਂਸਰ ਗਿਆ ਮਤਲਬ ਤੁਸੀਂ ਰਾਈਟ ਟਰੈਕ 'ਤੇ, ਤੁਹਾਨੂੰ ਨੌਲੇਜ ਹੈ। ਕਹਿਣ ਦਾ ਮਤਲਬ ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਚੈਰਿਟੀ ਹੈ ਜਿਹੜੀ ਇਟ ਇਜ਼ ਸਟਿਲ ਵਾਈਡਲੀ ਬਿਲੀਵਡ, ਲੋਕ ਹਲੇ ਵੀ ਚੈਰਿਟੀ ਕਰਨ ਦੇ ਵਿੱਚ ਯਕੀਨ ਕਰਦੇ ਨੇ। ਆਰ ਸੈਪਰੇਟਡ ਫਰੋਮ ਗਵਰਨਮੈਂਟ, ਅਤੇ ਇਹ ਯਾਦ ਰੱਖਿਓ ਗਵਰਨਮੈਂਟ ਤੋਂ ਬਿਲਕੁਲ ਸੈਪਰੇਟ ਹੈ, ਗਵਰਨਮੈਂਟ ਨਾਲ ਚੈਰਿਟੀ ਦਾ ਕੋਈ ਸੰਬੰਧ ਨਹੀਂ ਹੈਗਾ। ਕਹਿੰਦਾ ਜਿਹੜਾ ਸਟਾਫ ਹੈ 'ਚ ਇੰਟਾਇਰਲੀ ਬਾਏ ਵਲੰਟੀਅਰ, ਜਿੰਨਾ ਬੰਦਾ ਚੈਰਿਟੀ 'ਚ ਕੰਮ ਕਰਦਾ ਉਹ ਸਾਰੇ ਸੇਵਾਦਾਰ ਕਰਦੇ ਨੇ, ਵਲੰਟੀਅਰ ਹੁੰਦਾ, ਬਿਨਾਂ ਪੈਸੇ ਤੋਂ ਕੰਮ ਕਰਦੇ ਨੇ, ਐਂਡ ਸਪੈਂਡ ਕਰਦੇ ਨੇ ਐਵਰੀ ਪੈਨੀ, ਪੈਨੀ ਹੁੰਦਾ ਇੱਕ ਇੱਕ ਧੇਲਾ ਰੁਪਈਆ, ਜਿਹੜਾ ਡੋਨੇਟਡ ਔਨ ਦਾ ਕੌਜ਼, ਲੋਕਾਂ ਨੇ ਜਿਹੜਾ ਪੈਸਾ ਦਿੱਤਾ ਹੁੰਦਾ। ਚੈਰਿਟੀ ਦਾ ਮਤਲਬ ਹੈ ਵੀ ਉਹ ਪੈਸਾ ਲੋਕਾਂ ਦੇ, ਲੋੜਵੰਦ ਲੋਕਾਂ ਦੇ ਉੱਪਰ ਲਾਇਆ ਜਾਵੇ। ਨੋਬਲ ਸਟੱਫ ਹੈ, ਬਹੁਤ ਵਧੀਆ ਕੰਮ ਹੈ। ਔਰ ਇਹਨੇ ਇੱਕ ਵਰਡ ਆ ਗਿਆ ਬਟ, ਪਰ ਹੋ ਕੀ ਗਿਆ, ਕਹਿੰਦਾ ਇਨ ਮੋਸਟ ਕੇਸਿਸ ਇੰਟਾਇਰਲੀ ਰੋਂਗ, ਮਤਲਬ ਬਹੁਤ ਸਾਰੇ ਕੇਸਿਸ ਦੇ ਵਿੱਚ ਬਿਲਕੁਲ ਰੋਂਗ ਹੈ ਕਿ ਜਿਹੜਾ ਪੈਸਾ ਲੋਕ ਦਾਨ ਕਰਦੇ ਨੇ ਚੈਰਿਟੀ ਨੂੰ, ਇਹ ਸੋਚ ਕੇ ਕਿ ਅੱਗੇ ਲੋੜਵੰਦ ਲੋਕਾਂ ਨੂੰ ਇਹਦੀ ਮਦਦ ਹੋਊਗੀ, ਪਰ ਕਈ ਚੈਰਿਟੀਜ਼ ਐਵੇਂ ਦੀਆਂ ਨੇ, ਕਹਿੰਦਾ ਉਹ ਲੋਕਾਂ ਦੇ ਬਿਲਕੁਲ ਗਲਤ ਕਰਦੇ ਨੇ, 1 ਰੁਪਇਆ ਵੀ ਨਹੀਂ ਲਾਉਂਦੇ, ਸਾਰੇ ਪੈਸੇ ਆਪ ਖਾ ਜਾਂਦੇ ਨੇ।
ਹੁਣ ਇਹ ਐਂਸਰ ਨੂੰ ਲਾਉਣ ਦੇ ਲਈ ਹੁਣ ਮੇਰੇ ਦਿਮਾਗ 'ਚ ਗੱਲਾਂ ਆ ਗਈਆਂ ਅਤੇ ਮੈਂ ਐਂਸਰ ਨੂੰ ਸ਼ੋਰ ਪਤਾ ਕਿਵੇਂ ਕਰੂੰਗਾ। ਸਭ ਤੋਂ ਪਹਿਲਾਂ ਮੈਂ ਪੜ੍ਹੂੰਗਾ ਡੀ, ਪੀਪਲ ਹੂ ਵਰਕ ਫੋਰ ਚੈਰਿਟੀ ਵਿਦਆਊਟ ਪੇ। ਹਾਂ, ਉਰੇ ਤੱਕ ਤਾਂ ਅਸੀਂ ਬਿਲਕੁਲ ਪੜ੍ਹਿਆ ਸੀਗਾ ਕਿਉਂਕਿ ਉਹ ਵਿਦਆਊਟ ਪੇ ਕੰਮ ਕਰਦੇ ਨੇ, ਵਲੰਟੀਅਰ ਨੇ। ਆਰ ਨੋਟ ਫਿੱਟ ਫੋਰ ਦਾ ਜੋਬ, ਇਹ ਤਾਂ ਬਿਲਕੁਲ ਵੀ ਨਹੀਂ ਗੱਲ ਕਰੀ, ਐਂਸਰ ਮੈਨੇ ਘੱਟਤਾ, ਇਹ ਨਹੀਂ ਹੈਗਾ। ਚੈਰਿਟੀ ਡੂ ਨੋਟ ਡਿਸਕਲੋਜ਼ ਦੇਅਰ ਸਿਸਟਮ ਫੋਰ ਫੀਅਰ ਲੂਜ਼ਿੰਗ ਓਫੀਸ਼ੀਅਲ ਸਟੇਟਸ। ਆਪਾਂ ਨੇ ਕਿਤੇ ਨਹੀਂ ਇਹ ਗੱਲ ਕੀਤੀ ਕਿ ਉਹ ਆਪਣਾ ਡਿਸਕਲੋਜ਼ ਨਹੀਂ ਕਰਦੇ ਸਿਸਟਮ ਓਫੀਸ਼ੀਅਲ ਸਟੇਟਸ, ਬਿਲਕੁਲ ਵੀ ਨਹੀਂ। ਇਹ ਪੜ੍ਹ ਕੇ ਦੇਖਿਓ, ਪੀਪਲ ਟਰੱਸਟ ਚੈਰਿਟੀਜ਼ ਬਿਕਾਜ਼ ਦੇ ਆਰ ਅਪਰੂਵਡ ਬਾਏ ਗਵਰਨਮੈਂਟ। ਉੱਪਰ ਤਾਂ ਆਪਾਂ ਨੂੰ ਲਿਖਿਆ ਉਹ ਤਾਂ ਸੈਪਰੇਟ ਹੈ, ਗਵਰਨਮੈਂਟ ਤੋਂ ਅਪਰੂਵਡ ਕਿਵੇਂ ਹੋ ਜੂ, ਗਵਰਨਮੈਂਟ ਨਾਲ ਇਹਦਾ ਕੋਈ ਸੰਬੰਧ ਨਹੀਂ। ਮੈਨੇ ਤਿੰਨੇ ਆਪਸ਼ਨ ਕੱਟਤੇ। ਹੁਣ ਜੇ ਚੌਥੇ ਆਪਸ਼ਨ ਨੂੰ ਤੁਸੀਂ ਬੀ ਨੂੰ ਦੇਖਦੇ ਹੋਗੇ, ਇਹ ਕਹਿੰਦਾ ਨੋਟ ਆਲ ਦਾ ਫੰਡਸ ਆ ਚੈਰਿਟੀ ਰਿਸੀਵ। ਚੈਰਿਟੀ ਨੂੰ ਜਿੰਨੇ ਫੰਡ ਰਿਸੀਵ ਹੁੰਦੇ ਨੇ ਨਾ, ਟੂ ਗੋ ਔਨ ਪ੍ਰੈਕਟੀਕਲ ਏਡ ਫੋਰ ਪੀਪਲ, ਮਤਲਬ ਕੀ ਹੈ ਕਿ ਚੈਰਿਟੀ ਲੋਕਾਂ ਦੇ ਉੱਤੇ ਉਨੇ ਪੈਸੇ ਨਹੀਂ ਲਾਉਂਦੀ ਜਿੰਨੇ ਉਹਨੂੰ ਰਿਸੀਵ ਹੋਏ ਹੁੰਦੇ ਨੇ, ਉਹਨਾਂ ਦੀ ਮਦਦ ਲਈ ਪ੍ਰੈਕਟੀਕਲ ਏਡ ਦੇ ਲਈ ਉਹ ਪੈਸੇ ਨਹੀਂ ਲਾਉਂਦੇ। ਇਹਨਾਂ ਨੇ ਉਹੀ ਕੁਐਸਚਨ 'ਚ ਦੇਖਿਓ ਕਿੰਨਾ ਘੁਮਾ ਕੇ ਗਿਆ ਕਿ ਚੈਰਿਟੀ ਦਾ ਮਤਲਬ ਹੁੰਦਾ ਲੋਕਾਂ ਦੀ ਸੇਵਾ ਕਰਨਾ। ਚੈਰਿਟੀ ਦਾ ਮਤਲਬ ਹੁੰਦਾ ਜਿਹੜੇ ਵਲੰਟੀਅਰ ਕੰਮ ਕਰਦੇ ਨੇ ਉਹ ਲੋਕਾਂ ਦੀ ਸੇਵਾ ਕਰਨ, ਪਰ ਲਾਸਟ ਲਾਈਨ 'ਚ ਲਿਖਤਾ ਕਿ ਇਹ ਤੋਂ ਬਿਲਕੁਲ ਉਲਟ ਹੁੰਦਾ, ਇਹ ਤੋਂ ਬਿਲਕੁਲ ਉਲਟ ਹੁੰਦਾ ਕਿ ਉਹ ਲੋਕਾਂ ਦਾ ਪੈਸਾ ਨਹੀਂ ਲਾਉਂਦੇ ਹੈਗੇ, ਉਹ ਆਪ ਖਾ ਜਾਂਦੇ ਨੇ। ਤਾਂ ਇਹਦਾ ਮਤਲਬ ਕੀ ਹੈ ਕਿ ਨੋਟ ਆਲ ਫੰਡਸ, ਸਾਰੇ ਫੰਡਸ ਚੈਰਿਟੀ ਦੇ ਜਿਹੜੇ ਹੁੰਦੇ ਨੇ ਉਹ ਪ੍ਰੈਕਟੀਕਲ ਏਡ 'ਤੇ ਨਹੀਂ ਲੱਗਦੇ, ਇਹਦਾ ਮਤਲਬ ਉਹ ਆਪ ਖਾ ਜਾਂਦੇ। ਤੁਸੀਂ ਬਾਕੀ ਆਪਸ਼ਨ ਮੈਚ ਕਰਕੇ ਦੇਖੋ, ਇੱਕ ਵੀ ਨਹੀਂ ਹੋਇਆ। ਇਸ ਤਰੀਕੇ ਨਾਲ ਰੀਡਿੰਗ ਆਊਗੀ, ਜੇ ਆਹ ਮੈਥਡ ਤੁਹਾਨੂੰ ਆ ਗਿਆ, ਮੈਂ 100% ਕਹਿੰਦਾ ਤੁਸੀਂ ਪੇਪਰ ਕਲੀਅਰ ਕਰ ਚੁੱਕੇ। ਕੋਈ ਚੱਕਰ ਨਹੀਂ, ਜਿਹਦਾ ਬੀ ਐਂਸਰ ਠੀਕ ਗਿਆ ਉਹ ਆਪਣੇ ਆਪ ਨੂੰ ਸ਼ਾਬਾਸ਼ ਦਿਓ, ਜਿਹਦਾ ਨਹੀਂ ਗਿਆ ਕੋਈ ਨਾ, ਅਗਲਾ ਕੁਐਸਚਨ ਤਿਆਰ ਪਿਆ। ਫਿਰ 45 ਸੈਕਿੰਡ ਦਿਊਂਗਾ। ਲਓ ਜੀ, ਅਗਲਾ ਕੁਐਸਚਨ ਤੁਹਾਡੇ ਅੱਗੇ ਨਿਕਲ ਗਿਆ ਆ। ਕਹਿੰਦਾ ਵਾਈ ਇਨ ਦਾ ਰਾਈਟਰਸ ਵਿਊ ਇਟ ਇਜ਼ ਹਾਰਡ ਫੋਰ ਚੈਰਿਟੀ ਟੂ ਇਨਫੋਰਮ ਦ ਪਬਲਿਕ ਪ੍ਰੋਪਰਲੀ। ਯਾਦ ਰੱਖਿਓ, ਚੈਰਿਟੀਜ਼ ਦੇ ਲਈ ਇਹ ਹਾਰਡ ਕਿਉਂ ਹੈ, ਔਖਾ ਕਿਉਂ ਹੈ ਕਿ ਲੋਕਾਂ ਨੂੰ ਪੂਰੀ ਤਰੀਕੇ ਨਾਲ ਇਨਫੋਰਮ ਕਿਉਂ ਨਹੀਂ ਕਰਦੇ ਹੋ? ਚੈਰਿਟੀ ਆਪਣੇ ਆਪ ਨੂੰ ਲੋਕਾਂ ਅੱਗੇ ਬਿਲਕੁਲ ਡਿਸਕਲੋਜ਼ ਕਿਉਂ ਨਹੀਂ ਕਰਦੇ ਹੈਗੇ? ਅਤੇ ਮੈਂ ਤੁਹਾਡੀ ਹੈਲਪ ਕਰਦਾ ਨਾ ਲੋਕੇਸ਼ਨ ਲੱਭਣ ਦੇ ਲਈ। ਉਰੇ ਇਹਨਾਂ ਨੇ ਇੱਕ ਚੀਜ਼ ਦਿੱਤੀ ਹੋਈ ਆ, ਕਹਿੰਦਾ ਬਟ ਇਟ ਇਜ਼ ਸਟਿਲ ਡਿਫੀਕਲਟ ਟੂ ਗਿਵ ਅ ਡੋਨਰ ਅ ਕੰਪਲੀਟ ਪਿਕਚਰ। ਮਤਲਬ ਕੀ ਹੈ, ਦੇਖੋ ਉਰੇ ਦਿੱਤਾ ਹੋਇਆ ਹਾਰਡ, ਉਰੇ ਦਿੱਤਾ ਉਹਨੇ ਡਿਫੀਕਲਟ, ਠੀਕ ਹੈ। ਉਰੇ ਦਿੱਤਾ ਹੋਇਆ ਪਬਲਿਕ, ਉਰੇ ਦਿੱਤਾ ਪਬਲਿਕ ਕੌਣ ਹੁੰਦੇ ਨੇ, ਜਿਹੜੇ ਡੋਨਰ ਦਿੰਦੇ ਨੇ, ਠੀਕ ਹੈ ਨਾ। ਉਰੇ ਉਹਨਾਂ ਨੂੰ ਇਨਫੋਰਮ ਪ੍ਰੋਪਰਲੀ ਕਰਨ ਦਾ ਮਤਲਬ ਕਿ ਕੰਪਲੀਟ ਪਿਕਚਰ ਉਹਨਾਂ ਨੂੰ ਕਿਉਂ ਨਹੀਂ ਦਿਖਾਉਂਦੇ ਹੈਗੇ। ਇਸ ਕਰਕੇ ਜਿਹੜਾ ਐਂਸਰ ਲੱਭਣਾ ਉਹ ਇੱਥੇ ਤੋਂ ਲੈ ਕੇ ਇੱਥੇ ਤੱਕ ਹੈ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ 45 ਸੈਕਿੰਡ ਦਾ ਨਾਓ। ਐਂਸਰ ਨਿਕਲਣਾ ਚਾਹੀਦਾ, ਜੋ ਮਰਜ਼ੀ ਕਰੋ। ਹਲੋ, ਮੈਂ ਆਪਸ਼ਨ ਨੂੰ ਸਹੀ ਕਰਦਾ ਨਾ, ਇਹ ਲਾਸਟ ਡੀ ਨਹੀਂ ਦਿਖ ਰਿਹਾ ਹੋਣਾ, ਹੁਣ ਦਿਖ ਜਾਏਗਾ। ਸੋਚ ਕੇ ਦੇਖੋ, ਦੇਖੋ ਤੁਹਾਡਾ ਦਿਮਾਗ ਕੀ ਕਹਿੰਦਾ, ਐਂਸਰ ਕਿਹੜਾ ਆਊਗਾ। ਤੇ ਸਭ ਤੋਂ ਵਧੀਆ ਮੈਂ ਲੋਕੇਸ਼ਨ ਵੀ ਦੇ ਦਿੱਤੀ ਤੁਹਾਨੂੰ, ਇੰਨਾ ਇਹਦੇ ਚ ਐਂਸਰ ਪਿਆ। ਦੈਟਸ ਇਟ। ਟਾਈਮ ਓਵਰ ਲਾ ਲਓ ਐਂਸਰ ਜਿਹੜਾ ਲਾਣਾ ਏ ਬੀ ਸੀ ਡੀ ਦਾ, ਠੀਕ ਹੈ। ਹੁਣ ਸੁਣੋ, ਮੈਂ ਕਢਵਾਉਣਾ ਐਂਸਰ। ਕੁਐਸਚਨ ਨੇ ਕਿਹਾ ਕਿ ਕਿਉਂ ਹਾਰਡ ਹੈ ਚੈਰਿਟੀ ਵਾਸਤੇ ਲੋਕਾਂ ਨੂੰ ਇਨਫੋਰਮ ਕਰਨਾ, ਪਬਲਿਕ ਨੂੰ ਇਨਫੋਰਮ ਕਰਨਾ। ਲੋਕੇਸ਼ਨ ਪਹਿਲੀ ਗੱਲ ਬੜੇ ਡਿਫਰੈਂਟ ਤਰੀਕੇ ਨਾਲ ਦਿੱਤੀ ਹੋਈ ਹੈ, ਕਹਿੰਦਾ ਬਟ ਇਟ ਇਜ਼ ਸਟਿਲ ਡਿਫੀਕਲਟ, ਹਾਰਡ ਹੈ ਡਿਫੀਕਲਟ ਟੂ ਗਿਵ ਅ ਡੋਨਰ ਅ ਕੰਪਲੀਟ ਪਿਕਚਰ, ਜਿਹੜੇ ਇਨਫੋਰਮ ਕਰਨਾ ਪਬਲਿਕ ਨੂੰ, ਮਤਲਬ ਡੋਨਰ ਕੌਣ ਨੇ, ਪਬਲਿਕ, ਇਨਫੋਰਮ ਕਰਨਾ ਉਹਨਾਂ ਨੂੰ ਪੂਰੀ ਪਿਕਚਰ ਦਿਖਾਉਣਾ ਬਹੁਤ ਡਿਫੀਕਲਟ ਹੈ। ਕਿਵੇਂ? ਬਿਕੋਜ਼, ਕਿਉਂਕਿ ਅਨਲਾਈਕ ਪ੍ਰੋਫਿਟ ਡਰਿਵਨ ਬਿਜ਼ਨਸਿਸ, ਯਾਦ ਰੱਖ ਲਈਓ, ਇੱਕ ਵਰਡ ਹੁੰਦਾ ਲਾਈਕ, ਲਾਈਕ ਹੁੰਦਾ ਸੇਮ, ਲਾਈਕ ਇਹਦੇ ਵਰਗਾ, ਲਾਈਕ ਇਹਦੇ ਵਰਗਾ, ਮਤਲਬ ਇੱਕੋ ਜਿਹਾ। ਅਤੇ ਅਨਲਾਈਕ ਹੁੰਦਾ ਬਿਲਕੁਲ ਡਿਫਰੈਂਟ, ਉਲਟ, ਇਹਦੇ ਉਲਟ, ਹੈ ਨਾ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਕਿ ਅਨਲਾਈਕ ਪ੍ਰੋਫਿਟ ਡਰਿਵਨ ਬਿਜ਼ਨਸ, ਮਤਲਬ ਜਿਵੇਂ ਪ੍ਰੋਫਿਟ ਵਾਲਾ ਬਿਜ਼ਨਸ ਹੁੰਦਾ ਨਾ, ਉਹ ਤੋਂ ਬਿਲਕੁਲ ਡਿਫਰੈਂਟ ਹੁੰਦੀ ਹੈ ਇਹ। ਜਿੱਦਾਂ ਆਪਾਂ ਉਰੇ ਹੁੰਦਾ ਵੀ ਲਾਈਕ, ਲਾਈਕ ਤਾਂ ਹੁੰਦਾ ਵੀ ਇਹਦੇ ਵਰਗਾ ਸੇਮ, ਪਰ ਅਨਲਾਈਕ ਪ੍ਰੋਫਿਟ ਡਰਿਵਨ ਬਿਜ਼ਨਸਿਸ, ਮਤਲਬ ਪ੍ਰੋਫਿਟ ਵਾਲੇ ਬਿਜ਼ਨਸ ਤੋਂ ਬਿਲਕੁਲ ਡਿਫਰੈਂਟ ਹੈ
ਜਿਹੜੀਆਂ ਚੈਰਿਟੀਜ਼ ਹੁੰਦੀਆਂ ਨੇ ਨਾ ਉਹ ਕਾਂਟ ਮੈਜ਼ਰ ਅਚੀਵਮੈਂਟ ਪਿਓਰਲੀ ਬਾਏ ਦਾ ਬੋਟਮ ਲਾਈਨ। ਮਤਲਬ ਚੈਰਿਟੀਜ਼ ਆਪਣੀ ਜਿਹੜੀ ਅਚੀਵਮੈਂਟ ਹੈ ਉਹਨੂੰ ਮੈਜ਼ਰ ਹੀ ਨਹੀਂ ਕਰ ਪਾਉਂਦੀਆਂ ਹੈਗੀਆਂ, ਨੀਚੇ ਤੋਂ ਵੀ ਨਹੀਂ ਮੈਜ਼ਰ ਕਰ ਪਾਉਂਦੀਆਂ ਹੈਗੀਆਂ। ਇਸ ਕਰਕੇ ਉਹ ਆਪਣੀ ਕਲੀਅਰ ਪਿਕਚਰ ਕਿਸੇ ਨੂੰ ਦਿਖਾਉਂਦੀਆਂ ਨਹੀਂ ਹੈਗੀਆਂ। ਕਹਿਣ ਦਾ ਸੌਖੇ ਜਿਹੇ ਤਰੀਕੇ ਨਾਲ ਮਤਲਬ ਇਹ ਹੈ ਕਿ ਚੈਰਿਟੀਜ਼ ਇੱਕ ਬਿਜ਼ਨਸ ਨਹੀਂ ਹੁੰਦਾ ਹੈਗਾ। ਇਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੀ ਅਚੀਵਮੈਂਟ ਨੂੰ ਕਿਵੇਂ ਮੈਜ਼ਰ ਕਰੀਏ ਕਿਵੇਂ ਨਾ ਕਰੀਏ। ਹੁਣ ਐਂਸਰ ਲਾਉਂਦੇ ਹਾਂ ਜੋ ਸਭ ਤੋਂ ਪਹਿਲੀ ਚੀਜ਼, ਡੋਨਰ ਮੇ ਬੀ ਡਿਸਪੁਆਇੰਟਡ ਇਫ ਦੇ ਸੀ ਲਾਰਜ ਪ੍ਰੋਫਿਟ ਇਨ ਦਾ ਬਿਜ਼ਨਸ। ਕੋਈ ਗੱਲ ਨਹੀਂ ਕਰੀ ਕਿ ਡੋਨਰ ਡਿਸਅਪੁਆਇੰਟ ਹੋ ਗਏ ਬਿਜ਼ਨਸ, ਨਹੀਂ। ਨੰਬਰ ਆਫ ਰੀਸੋਰਸਿਸ ਨੀਡਿਡ ਚੇਂਜ ਰੈਡੀਕਲੀ ਈਅਰ ਬਾਏ ਈਅਰ, ਆਹ ਤਾਂ ਬਿਲਕੁਲ ਵੀ ਨਹੀਂ ਗੱਲ ਕਰੀ ਹੈਗੀ, ਠੀਕ ਹੈ। ਦੇ ਆਰ ਅਨਏਬਲ ਟੂ ਪਬਲਿਸ਼ ਟਰੂ ਫਾਈਨੈਂਸ਼ੀਅਲ ਰਿਪੋਰਟ, ਬਿਲਕੁਲ ਵੀ ਨਹੀਂ ਕੀਤੀ ਹੈਗੀ। ਜਦੋਂ ਬਾਈ ਜੀ ਤਿੰਨੇ ਕੱਟ ਗਏ ਨਾ, ਇੱਕ ਰਹਿ ਗਿਆ, ਕੀ ਰਹਿ ਗਿਆ? ਦੇ ਕੈਲਕੂਲੇਟ ਦੇਅਰ ਸਕਸੈਸ ਡਿਫਰੈਂਟਲੀ ਫਰੋਮ ਅਦਰ ਬਿਜਨਸਿਸ। ਮਤਲਬ ਉਹ ਆਪਣੀ ਜਿਹੜੀ ਸਕਸੈਸ ਹੈ ਨਾ ਉਹਨੂੰ ਕੈਲਕੂਲੇਟ ਬਿਲਕੁਲ ਦੂਜੇ ਬਿਜ਼ਨਸ ਤੋਂ ਡਿਫਰੈਂਟਲੀ ਕਰਦੇ ਨੇ। ਆ ਉਰੇ ਡਿਫਰੈਂਟਲੀ ਦਿੱਤਾ, ਉਰੇ ਅਨਲਾਈਕ ਦਿੱਤਾ। ਮਤਲਬ ਅਨਲਾਈਕ ਦਾ ਮਤਲਬ ਡਿਫਰੈਂਟ ਹੁੰਦਾ ਹੈ, ਲਾਈਕ ਦਾ ਮਤਲਬ ਸੇਮ ਹੁੰਦਾ ਹੈਗਾ। ਤਾਂ ਉਹ ਆਪਣੀ ਜਿਹੜੀ ਅਚੀਵਮੈਂਟ ਹੈ ਨਾ ਉਹਨੇ ਉਰੇ ਸਕਸੈਸ ਦਿੱਤਾ, ਉਹ ਬਿਲਕੁਲ ਡਿਫਰੈਂਟ ਤਰੀਕੇ ਨਾਲ ਮਨਾਉਂਦੇ ਨੇ। ਇਸ ਕਰਕੇ ਜਿਹੜੀਆਂ ਚੈਰਿਟੀਜ਼ ਨੇ ਉਹ ਪਬਲਿਕ ਨੂੰ ਕਲੀਅਰ ਪਿਕਚਰ ਦਿਖਾਉਣ 'ਚ ਔਖਾ ਕਰਦੀਆਂ ਨੇ, ਕਿਉਂਕਿ ਇਹ ਕਿਹੜਾ ਉਹਨਾਂ ਦਾ ਬਿਜ਼ਨਸ ਹੈਗਾ, ਦਿਸ ਇਜ਼ ਅ ਵੇ। ਅਤੇ ਯਾਦ ਰੱਖ ਲਿਓ, ਬਾਕੀ ਦਾ ਸਭ ਤੋਂ ਕਮਾਲ ਦੀ ਗੱਲ ਤਾਂ ਇਹ ਵੀ ਹੈ ਨਾ, ਜਿੰਨੇ ਮੈਂ ਕੁਐਸਚਨ ਕਰ ਰਿਹਾ ਹਰੇਕ ਕੁਐਸਚਨ ਦੇ ਮੈਂ ਤਿੰਨ ਆਪਸ਼ਨ ਕੱਟਦਾ ਨਾ ਜਿਹੜੇ ਬਿਲਕੁਲ ਮੈਚ ਨਹੀਂ, ਚੌਥਾ ਮੈਨੂੰ ਮਿਲ ਜਾਂਦਾ ਹੈਗਾ। ਚਲੋ ਥਰਡ ਕੁਐਸਚਨ ਦੇਖਦੇ ਹਾਂ। ਇਸ ਵਾਰ ਤੁਸੀਂ ਇਹ ਦੇਖੋ ਤੁਹਾਡੇ ਦੋ 'ਚੋਂ ਦੋ ਠੀਕ ਗਏ ਕਿ ਇੱਕ ਠੀਕ ਹੈ ਕਿ ਜਮੀ ਨਹੀਂ ਠੀਕ ਗਿਆ, ਇਹ ਤੁਹਾਡੀ ਮਰਜ਼ੀ ਹੈ, ਠੀਕ ਹੈ। ਅਗਲਾ ਕੁਐਸਚਨ ਥਰਡ ਹੈ, ਮੈਂ ਹੈਲਪ ਕਰ ਦੇਣਾ ਪਹਿਲਾਂ, ਬੈਰੋਨੈਸ ਓ ਨੀਲ, ਜਦੋਂ ਇਹੋ ਜਿਹੇ ਨਾਮ ਆਉਂਦੇ ਨੇ ਕੀਵਰਡ ਛੇਤੀ ਮਿਲ ਜਾਂਦੇ। ਮੇਨ ਰਿਕਮੈਂਡੇਸ਼ਨ ਇਜ਼ ਦੈਟ ਚੈਰਿਟੀਜ਼ ਸ਼ੁੱਡ, ਉਹਨੇ ਮੇਨ ਰਿਕਮੈਂਡ ਕੀਤਾ ਕਿ ਚੈਰਿਟੀਜ਼ ਨੂੰ ਕੀ ਕਰਨਾ ਚਾਹੀਦਾ, ਅਤੇ ਐਂਸਰ ਇਹਦਾ ਇੱਥੇ ਤੋਂ ਪੜ੍ਹਨਾ ਪਊਗਾ ਅਤੇ ਇੰਨਾ ਹੀ ਪੜ੍ਹਨਾ ਪਊਗਾ। 45 ਸੈਕਿੰਡ ਐਂਸਰ ਲਾ ਦਿਓ, ਟਾਈਮ ਸਟਾਰਟ ਨਾਓ। ਹੋਏਗਾ ਹੋਏਗਾ, ਸ਼ਾਬਾਸ਼। ਟਾਈਮ ਓਵਰ ਪਲੀਜ਼, ਟਾਈਮ ਓਵਰ, ਟਾਈਮ ਓਵਰ। ਕੁਐਸਚਨ ਦੇਖੋ, ABCD ਲਾ ਲਓ ਜਿਹੜਾ ਲਾਉਣਾ, ਕਿੰਨਾ ਮਜ਼ਾ ਆਉਂਦਾ ਨਾ। ਪਹਿਲਾਂ ਤੁਸੀਂ ਕਰਦੇ ਹੋ, ਥੋੜ੍ਹਾ ਜ਼ੋਰ ਲੱਗਦਾ, ਦਿਮਾਗ ਲੱਗਦਾ, ਫਿਰ ਮੈਂ ਕਰਾਉਂਦਾ, ਫਿਰ ਪਤਾ ਲੱਗਦਾ ਵੀ ਹਾਂ ਬੰਦੇ ਨੇ ਕੀ ਕੀਤਾ ਕੀ ਨਹੀਂ ਕੀਤਾ। ਲਾਈਕ ਕਹਿੰਦਾ ਜਿਹੜਾ ਬੈਰੋਨੀਜ਼ ਹੈ ਨਾ, ਆਲੋ ਜੀ, ਬੈਰੋਨੀਜ਼ ਓ ਨੀਲ ਹੈ ਜਿਹੜਾ, ਉਹ ਕੀ ਰਿਕਮੈਂਡ ਕਰਦਾ ਕਿ ਚੈਰਿਟੀ ਨੂੰ ਕੀ ਕਰਨਾ ਚਾਹੀਦਾ। ਕਹਿੰਦਾ ਬੈਰੋਨੀਜ਼ ਓਨੋਰਾ ਓ ਨੀਲ, ਵਟ ਐਵਰ, ਜੋ ਵੀ ਔਖਾ ਨਾਮ ਹੈ, ਚੇਅਰ ਆਫ ਦਾ ਫਲਾਨਾ ਫਲਾਨਾ ਤੇ ਕਿਹੜਾ, ਉਹ ਕੀ ਕਹਿੰਦਾ ਹੈ? ਕਹਿੰਦਾ ਬਿਲਡਿੰਗ ਟਰੱਸਟ ਗੋਜ਼ ਡੀਪਰ ਦੈਨ ਪ੍ਰੋਵਾਈਡਿੰਗ ਇਨਫੋਰਮੇਸ਼ਨ। ਸਭ ਤੋਂ ਕਹਿੰਦਾ ਪਹਿਲੀ ਤੇ ਮੇਨ ਗੱਲ ਹੈ ਕਿ ਉਹਨਾਂ ਨੂੰ ਨਾ ਟਰੱਸਟ ਬਿਲਡ ਕਰਨਾ ਚਾਹੀਦਾ, ਲੋਕਾਂ ਤੇ ਭਰੋਸਾ ਹੋਣਾ ਚਾਹੀਦਾ। ਇਹ ਹੈ ਨਾ, ਅਗਲੇ ਨੂੰ ਜਿਹੜਾ ਕੋਈ ਦਾਨ ਦੇਊਗਾ, ਜਿਹੜਾ ਕੋਈ ਡੋਨੇਸ਼ਨ ਕਰੂਗਾ, ਉਹਨੂੰ ਯਕੀਨ ਤਾਂ ਹੋਵੇ ਨਾ ਵੀ ਆਹ ਬੰਦਾ ਭਾਈ ਪੈਸੇ ਲਾ ਦੂਗਾ, ਇਕੱਲਾ ਖਾ ਜੂਗਾ ਨਹੀਂ। ਇਹ ਨਹੀਂ ਹੈਗਾ ਵੀ ਉਹ ਬੰਦਾ ਕਵੇ ਵੀ ਲਓ ਜੀ ਮੈਂ ਤੁਹਾਨੂੰ ਪੈਸੇ ਦੇ ਰਿਹਾ, ਗਰੀਬਾਂ 'ਤੇ ਲਾ ਦਿਓ, ਅਤੇ ਜਿਹਨੇ ਲਏ ਨੇ ਪੈਸੇ ਸੋਚੋ ਵੀ ਸਭ ਤੋਂ ਵੱਡਾ ਗਰੀਬ ਤਾਂ ਮੈਂ ਆਪਦੇ ਆਪ 'ਤੇ ਨਾ ਲਾ ਲਾਂ। ਤਾਂ ਮਤਲਬ ਕੀ ਹੈ ਕਿ ਚੈਰਿਟੀ ਨੂੰ ਸਭ ਤੋਂ ਜ਼ਿਆਦਾ ਆਪਣੇ ਆਪ 'ਤੇ ਇੱਕ ਟਰੱਸਟ ਹੈ ਜਿਹੜਾ ਉਹ ਬਣਾਉਣਾ ਚਾਹੀਦਾ, ਮਤਲਬ ਆਪਦਾ ਟਰੱਸਟ ਲੋਕਾਂ 'ਤੇ ਹੋਣਾ ਚਾਹੀਦਾ ਹੈਗਾ। ਇਫ ਵੀ ਆਰ ਟੂ ਜੱਜ ਫੋਰ ਅਵਰ ਸੈਲਫ, ਵੀ ਨੀਡ ਜੈਨੂਇਨ ਕਮਿਊਨੀਕੇਸ਼ਨ ਇਨ ਵਿੱਚ ਵੀ ਕੈਨ ਕੁਐਸਚਨ ਐਂਡ ਓਬਜ਼ਰਵ। ਮੇਨ ਚੀਜ਼ ਇਹ ਹੈ ਕਿ ਜੇ ਅਸੀਂ ਲੋਕਾਂ 'ਤੇ ਭਰੋਸਾ ਬਣਾਉਣਾ ਹੈ ਨਾ ਆਪਣਾ, ਤਾਂ ਸਾਨੂੰ ਕੀ ਕਰਨਾ ਪਊਗਾ? ਲੋਕਾਂ ਨੂੰ ਇੱਕ ਵਧੀਆ ਕਮਿਊਨੀਕੇਸ਼ਨ ਕਰਨਾ ਪਊਗਾ, ਲੋਕਾਂ ਨਾਲ ਵਧੀਆ ਗੱਲਬਾਤ ਕਰਨੀ ਪਊਗੀ, ਉਹਨਾਂ ਨੂੰ ਭਰੋਸਾ ਦਿਵਾਉਣਾ ਪਊਗਾ, ਅਤੇ ਉਹਨਾਂ ਨੂੰ ਇਹ ਵੀ ਕਹਿਣਾ ਪਊਗਾ ਕਿ ਤੁਸੀਂ ਸਾਨੂੰ ਕੁਐਸਚਨ ਕਰੋ, ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਚੈੱਕ ਐਂਡ ਈਵਨ ਚੈਲੇਂਜ ਦਾ ਐਵੀਡੈਂਸ ਦੈਟ ਅਦਰ ਪ੍ਰੈਜੈਂਟ, ਅਤੇ ਮੇਨ ਚੀਜ਼ ਅਸੀਂ ਆਪਦੇ ਸਬੂਤ ਵੀ ਦੇਵਾਂਗੇ, ਅਸੀਂ ਜੋ ਤੁਸੀਂ ਸਾਨੂੰ ਪੈਸੇ ਦਿੱਤੇ ਸੀ ਅਸੀਂ ਲੋਕਾਂ ਦੀ ਸੇਵਾ 'ਤੇ ਲਾ ਤੇ, ਲੋਕਾਂ 'ਤੇ ਯਕੀਨ ਬਣਾਓ, ਤਾਂ ਉਹਨਾਂ ਨਾਲ ਵਧੀਆ ਗੱਲਬਾਤ ਕਰੋ, ਕਮਿਊਨੀਕੇਸ਼ਨ ਕਰੋ, ਠੀਕ ਹੈ। ਆਪਸ਼ਨ 'ਚ ਕੱਢਦੇ ਹਾਂ, ਕਹਿੰਦਾ
ਫੋਲੋ ਦਾ ਕਰੰਟ ਗਵਰਨਮੈਂਟ ਰਿਕੁਆਇਰਮੈਂਟ ਫੋਰ ਰਿਪੋਰਟਿੰਗ ਵਟ ਐਵਰ ਜੋ ਇਹ ਤਾਂ ਬਿਲਕੁਲ ਵੀ ਨਹੀਂ ਨਿਕਲਿਆ ਸ਼ਰਤਾਂ ਬਾਰੇ ਠੀਕ ਹੈ ਉਸ ਤੋਂ ਬਾਅਦ ਡੀ ਪੜ੍ਹ ਕੇ ਦੇਖੋ ਮੇਕ ਸ਼ੋਰ ਫੀਗਰਸ ਲੇਡ ਕਲੀਅਰਲੀ ਐਜ ਪੋਸੀਬਲ ਨਹੀਂ ਕੋਈ ਸ਼ੋਰ ਫੀਗਰ ਦੀ ਨਹੀਂ ਪਬਲੀਸਾਈਜ਼ ਐਨੀ ਏਰੀਆਜ਼ ਇਨ ਵਿੱਚ ਦੇ ਬਿਟਵੀਨ ਨਹੀਂ ਕੋਈ ਵੀ ਨਹੀਂ ਬਚ ਗਿਆ ਇੱਕ ਕਿਹੜਾ ਬੀ ਕਿ ਐਨਕਰੇਜ ਕਰਨਾ ਚਾਹੀਦਾ ਪੀਪਲ ਨੂੰ ਕਿ ਉਹ ਐਗਜ਼ਾਮਿਨ ਕਰਨ ਡਿਸਕਸ ਕਰਨ ਫੈਕਟ ਦੇ ਆਧਾਰ 'ਤੇ ਇਹਨੇ ਸਭ ਤੋਂ ਪਹਿਲਾਂ ਕਿਹਾ ਕਿ ਉਹਨਾਂ ਨੂੰ ਇੱਕ ਤਾਂ ਟਰੱਸਟ ਬਿਲਡ ਕਰਨਾ ਚਾਹੀਦਾ ਫਿਰ ਉਹਨੇ ਕਿਹਾ ਕਿ ਉਹ ਕੋਈ ਵੀ ਸਵਾਲ ਕਰਨ ਕੁਸ਼ਚਨ ਪੁੱਛਣ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਜੈਨੂਇਨ ਕਮਿਊਨੀਕੇਸ਼ਨ ਕਰਨ ਇਹਦਾ ਮਤਲਬ ਕੀ ਹੈ ਕਿ ਅਸੀਂ ਫੈਕਟ ਦੇ ਆਧਾਰ 'ਤੇ ਡਿਸਕਸ਼ਨ ਕਰ ਸਕਦੇ ਹਾਂ ਉਹ ਸਾਨੂੰ ਐਗਜ਼ਾਮਿਨ ਕਰ ਸਕਦੇ ਨੇ ਅਤੇ ਲੋਕ ਜੇ ਸਾਡੇ 'ਤੇ ਟੈਰਸਟ ਕਰਨਗੇ ਤਾਂ ਉਹ ਡੈਫੀਨੇਟਲੀ ਚੈਰਿਟੀ ਦੇ ਵਿੱਚ ਪੈਸੇ ਡੋਨੇਟ ਕਰਨਗੇ ਦੈਟਸ ਇਟ ਐਕੂਰੇਟ ਆਂਸਰ ਆ ਗਿਆ ਬੀ ਤੁਹਾਡੇ ਤਿੰਨਾਂ ਚੋਂ ਕਿੰਨੇ ਠੀਕ ਨੇ ਤੁਸੀਂ ਹਿਸਾਬ ਲਾ ਲਿਓ ਲਾਸਟ ਕੁਸ਼ਚਨ ਹੈ ਬਸ ਫਿਰ 45 ਸੈਕਿੰਡ ਅਤੇ ਕੁਸ਼ਚਨ ਕੀ ਕਹਿੰਦਾ ਹੈਗਾ ਵਾਈ ਡਜ਼ ਫਿਓਨਾ ਡਨਕਨ ਇਹੋ ਜਿਹੇ ਨਾਮ ਨਾ ਚਾਹ ਕੇ ਲਿਆ ਕਰੋ ਕਿਤੇ ਔਖੇ ਹੋ ਵੀ ਹਾਏ ਇੰਨਾ ਔਖਾ ਔਖੇ ਨਹੀਂ ਹੈਗੇ ਸੌਖੇ ਹੁੰਦੇ ਆ ਜਿਹੜੀ ਫਿਓਨਾ ਡੰਕਨ ਹੈ ਉਹ ਕੀ ਸੋਚਦੀ ਆ ਕਿ ਗਿਵਿੰਗ ਸਕਾਟਲੈਂਡ ਕੰਪੇਨ ਸਕਸੈਸਫੁਲ ਕਿਉਂ ਹੋਈ ਹੁਣ ਆਪਣੇ ਲਈ ਸਭ ਤੋਂ ਵੱਡਾ ਕੀਪਰ ਕਿਹੜਾ ਫਿਓਨਾ ਡੰਕਨ ਆ ਬੈਠਾ ਦੂਜਾ ਗਿਵਿੰਗ ਸਕਾਟਲੈਂਡ ਕੰਪੇਨ ਆ ਲਓ ਜੀ ਗਿਵਿੰਗ ਸਕਾਟਲੈਂਡ ਆ ਗਿਆ ਠੀਕ ਹੈ ਅਤੇ ਤੁਸੀਂ ਐਂਸਰ ਨੂੰ ਕਿੱਥੇ ਤੱਕ ਪੜ੍ਹਨਾ ਹੈਗਾ ਚਲੋ ਸਾਰੇ ਪੜ੍ਹ ਲਓ ਇੰਨਾ ਹਾਂ ਇਹਦੇ ਲਈ ਇੱਕ ਮਿੰਟ ਦੇ ਦੇਣਾ ਮੈਨੂੰ ਪਤਾ ਥੋੜ੍ਹਾ ਜਿਹਾ ਵੱਡਾ ਹੈ ਲਓ ਜੀ 1 ਮਿੰਟ ਟਾਈਮ ਸਟਾਰਟ ਨਾਓ ਆਂਸਰ ਨਿਕਲਣਾ ਚਾਹੀਦਾ ਸੋਚ ਕੇ ਲਈ seconds only time over ਲਾ ਲਓ ਜਿਹੜਾ ਆਂਸਰ ਲਾਉਣਾ ਸੀਗਾ ਹੁਣ ਮੈਂ ਦੱਸਦਾ ਸੁਣ ਮੇਰੀ ਗੱਲ ਕਹਿੰਦਾ ਜਿਹੜੀ ਫਿਓਨਾ ਡੰਕਨ ਹੈ ਨਾ ਆਲੂ ਜੀ ਆ ਰਹੀ ਫਿਓਨਾ ਡੰਕਨ ਉਹ ਕੀ ਸੋਚਿਆ ਉਹਨੇ ਗਿਵਿੰਗ ਸਕਾਟਲੈਂਡ ਕੰਪੇਨ ਨੂੰ ਸਕਸੈਸਫੁਲ ਕੀ ਕੀਤਾ ਨਾ ਕੀਤਾ ਫਿਓਨਾ ਡੰਕਨ ਆ ਰਹੀ ਗਿਵਿੰਗ ਸਕਾਟਲੈਂਡ ਆ ਰਿਹਾ ਉਹ ਕਹਿੰਦਾ ਡਾਇਰੈਕਟਰ ਇਹ ਇਹਨੇ ਕੀ ਲੋਕਾਂ ਨੇ ਕੀ ਕੀਤਾ ਆਫਟਰ ਸਫਰਿੰਗ ਮੀਡੀਆ ਗਰਿਲਿੰਗ ਹਰ ਸੈਲਫ ਜਿਵੇਂ ਆਪਾਂ ਪਨੀਰ ਨਹੀਂ ਗਰਿੱਲ ਕਰ ਲੈਂਦੇ ਰਾੜ ਲਾਂਦੇ ਤੰਦੂਰ 'ਚ ਉਵੇਂ ਇਹਨੂੰ ਨਾ ਜਿਹੜੀ ਫਿਓਨਾ ਡੰਕਨ ਹੈ ਨਾ ਇਹਨੂੰ ਮੀਡੀਆ ਨੇ ਗਰਿੱਲ ਕਰਤਾ ਰਾੜ ਤਾਂ ਵਿਚਾਰੀ ਦੀ ਇਨਸਲਟ ਕਰਤੀ ਮਤਲਬ ਬੇਇੱਜ਼ਤੀ ਕਰਤੀ ਡੰਕਨ ਲਾਂਚਡ ਗਿਵਿੰਗ ਸਕਾਟਲੈਂਡ ਟੂ ਰੀਡਰੈਸ ਦਾ ਬੈਲੈਂਸ ਉਹ ਕਹਿੰਦੀ ਨਹੀਂ 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 ਮੀਡੀਆ ਨੇ ਜਿਹੜੇ ਮੇਰੇ ਤੋਂ ਸਵਾਲ ਪੁੱਛੇ ਸੀ ਸਾਰਿਆਂ ਦੇ ਜਵਾਬ ਮੈਂ ਦੇਊਂਗੀ ਤੁਸੀਂ ਐਵੇਂ ਨਾ ਕਰੋ ਨਾ ਮੈਨੂੰ ਮਾੜਾ ਨਾ ਸ਼ੋ ਕਰੋ ਮੈਂ ਤੁਹਾਨੂੰ ਜਵਾਬ ਦੇਊਂਗੀ ਉਹਨੇ ਕੀ ਕੀਤਾ 14 ਚੈਰਿਟੀਜ਼ 14 ਤਾਂ ਉਹਨੇ ਚੈਰਿਟੀਜ਼ ਇਕੱਠੀਆਂ ਕਰ ਲਈਆਂ ਪਲੱਸ ਸਕੋਟਿਸ਼ ਕੌਂਸਲ ਫੋਰ ਵਲੰਟੀਅਰੀ ਔਰਗਨਾਈਜੇਸ਼ਨ ਆ ਵੀ ਨਾਲ ਇਕੱਠੇ ਕਰ ਲਏ ਐਂਡ ਦ ਇੰਸਟੀਟਿਊਸ਼ਨ ਆਫ ਫੰਡ ਰੇਜ਼ਿੰਗ ਸਕਾਟਲੈਂਡ ਆ ਵੀ ਇਕੱਠੇ ਕਰ ਲਏ ਮਤਲਬ ਆਹ ਫਿਓਨਾ ਡੰਕਨ ਨੂੰ ਮੀਡੀਆ ਨੇ ਗਲਤ ਪਰੂਫ ਕਰਤਾ ਸੀ ਪਰ ਇਹ ਕਹਿੰਦੀ ਮੈਂ ਆਪਣੇ ਸਹੀ ਪਰੂਫ ਦੇਊਂਗੀ ਇਸ ਕਰਕੇ ਨੇ 14 ਤਾਂ ਚੈਰਿਟੀ ਦੇ ਬੰਦੇ ਇਕੱਠੇ ਕਰੇ ਵੀ ਆ ਜਾਓ ਭਾਈ ਆ ਜਾਓ ਲੜਾਈ ਪੈ ਗਈ ਹੈ ਦੂਜੇ ਨੰਬਰ 'ਤੇ ਉਹਨੇ ਆਹ ਸਕੋਟਿਸ਼ ਵਾਲੇ ਆਹ ਵਲੰਟੀਅਰੀ ਔਰਗਨਾਈਜੇਸ਼ਨ ਵੀ ਕਰ ਲਈਆਂ ਮੁੱਕ ਦੀ ਪੰਜਾਬੀ 'ਚ ਗੱਲ ਇਹਨੇ ਬੰਦੇ ਇਕੱਠੇ ਕਰ ਲਏ ਠੀਕ ਹੈ ਫਿਰ ਕੀ ਹੋਇਆ ਜੁਆਇੰਡ ਟੁਗੈਦਰ ਟੂ ਪੁੱਟ ਆਊਟ ਕਮਿਊਨੀਕੇਸ਼ਨ ਫਿਰ ਉਹਨਾਂ ਸਾਰਿਆਂ ਨੇ ਕੀ ਕੀਤਾ ਇੱਕ ਕਮਿਊਨੀਕੇਸ਼ਨ ਨੂੰ ਨਾ ਪੂਰੇ ਤਰੀਕੇ ਨਾਲ ਕੀ ਕੀਤਾ ਜੁਆਇਨ ਕੀਤਾ ਇਕੱਠਿਆਂ ਨੇ ਰੀਸਟੋਰਿੰਗ ਕੌਨਫੀਡੈਂਸ ਇਨ ਚੈਰਿਟੀਜ਼ ਮਤਲਬ ਕੀ ਹੈਗਾ ਇਹਨਾਂ ਸਾਰਿਆਂ ਨੇ ਰਲ ਕੇ ਇੱਕ ਆਪਣੇ ਜੋ ਵਿਊ ਸੀਗੇ ਉਹ ਦਿੱਤੇ ਤਾਂ ਇਹ ਕੀ ਕੀਤਾ ਰੀਸਟੋਰਿੰਗ ਕੌਨਫੀਡੈਂਸ ਇਨ ਚੈਰਿਟੀ ਮਤਲਬ ਮੀਡੀਆ ਨੇ ਤਾਂ ਚੈਰਿਟੀ ਨੂੰ ਬਿਲਕੁਲ ਬੇਕਾਰ ਕਰਤਾ ਸੀਗਾ ਵੀ ਇਹ ਬਿਲਕੁਲ ਬੇਕਾਰ ਕੰਮ ਹੈ ਪਰ ਇਹ ਡੰਕਨ ਨੇ ਸਾਰੇ ਲੋਕਾਂ ਨੂੰ ਇਹਨਾਂ ਨੂੰ ਇਕੱਠੇ ਕਰਿਆ ਚੈਰਿਟੀਜ਼ ਨੂੰ ਇਕੱਠੇ ਕਰਿਆ ਫਿਰ ਮੀਡੀਆ ਦੇ ਵਿੱਚ ਬੈਠ ਕੇ ਜਵਾਬ ਦਿੱਤਾ ਅਤੇ ਫਿਰ ਉਹਨੇ ਕੀ ਕੀਤਾ ਰੀਸਟੋਰ ਕਰ ਲਿਆ ਕੌਨਫੀਡੈਂਸ ਲੋਕਾਂ ਨੂੰ ਦੁਬਾਰੇ ਯਕੀਨ ਆ ਗਿਆ ਵੀ ਹਾਂ ਇਹ ਠੀਕ ਨੇਗੇ ਦੈਟਸ ਇਟ ਠੀਕ ਹੈ ਹੁਣ ਐਂਸਰ ਲਾਉਂਦੇ ਹਾਂ ਪੀਪਲ ਫੋਰਗੈਟ ਅਬਾਊਟ ਦਾ ਸਕੈਂਡਲ ਓਵਰ ਕ੍ਰਿਸਮਿਸ ਹੋਲੀਡੇ ਆ ਤਾਂ ਬਿਲਕੁਲ ਵੀ ਨਹੀਂ ਪੜਿਆ
ਪ੍ਰਾਈਵੇਟ ਡੋਨਰ ਪੇਡ ਐਡਵਰਟਾਈਜ਼ਿੰਗ ਨੈਸ਼ਨਲ ਕਿੱਥੇ ਪੜ੍ਹਿਆ? ਬਿਲਕੁਲ ਵੀ ਨਹੀਂ ਪੜ੍ਹਿਆ। ਪੀਪਲ ਡਿਡ ਨੋਟ ਬਲੀਵ ਕ੍ਰਿਟੀਕਲ ਸਟੋਰੀ ਨਿਊਜ਼ ਪੇਪਰ, ਨਹੀਂ ਬਾਬੇ। ਇੱਕ ਰਹਿ ਗਿਆ ਕਿਹੜਾ, ਦਾ ਮੈਸੇਜ ਕੇਮ ਓਵਰ ਸਟਰੋਂਗਲੀ, ਜਿਹੜਾ ਮੈਸੇਜ ਹੈ ਬਹੁਤ ਸਟਰੋਂਗਲੀ ਅੱਗੇ ਆਇਆ, ਬਿਕਾਜ਼ ਸੋ ਮੈਨੀ ਔਰਗੇਨਾਈਜੇਸ਼ਨ ਯੂਨਾਈਟਿਡ, ਕਿਉਂਕਿ ਬਹੁਤ ਸਾਰੀਆਂ ਔਰਗੇਨਾਈਜੇਸ਼ਨ ਇਕੱਠੀਆਂ ਹੋ ਗਈਆਂ ਸੀ। ਆਹ 14-14 ਲੈ ਲਈਆਂ, ਆਹ ਬੰਦੇ ਲੈ ਲਏ, ਕਹਿੰਦਾ ਇੰਨੀਆਂ ਔਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਤਾਂ ਇਸ ਕਰਕੇ ਜਿਹੜਾ ਮੈਸੇਜ ਸੀਗਾ ਉਹ ਸਟਰੋਂਗਲੀ ਹੈ ਜਿਹੜਾ ਲੋਕਾਂ ਤੱਕ ਪਹੁੰਚਿਆ। ਦੈਟਸ ਇਟ। ਮਤਲਬ ਤੁਸੀਂ ਇਹ ਦੇਖੋ ਹੁਣ, ਮੈਚ ਕਰ ਲਓ ਤੁਹਾਡੇ ਕਿੰਨੇ ਠੀਕ ਨੇ। ਪਹਿਲੇ ਦਾ ਜਿਹੜਾ ਐਨਸਰ ਸੀਗਾ ਉਹ ਬੀ ਸੀਗਾ, ਦੂਜੇ ਦਾ ਐਨਸਰ ਸੀਗਾ ਜਿਹੜਾ ਉਹ ਸਾਡਾ ਏ ਸੀਗਾ, ਅਗਲੇ ਦਾ ਐਨਸਰ ਸੀ ਬੀ ਸੀਗਾ, ਅਤੇ ਅਗਲੇ ਦਾ ਐਨਸਰ ਸੀਗਾ ਏ ਸੀਗਾ। ਮਤਲਬ ਤੁਹਾਡੇ ਅੱਗੇ ਜਿੰਨੇ ਵੀ ਮੈਂ ਚੀਜ਼ਾਂ ਪੜ੍ਹਾਈਆਂ, ਤਾਂ ਇਹ ਰੀਡਿੰਗ ਕਿਵੇਂ ਲੱਗੀ? ਤੁਸੀਂ ਡੈਫੀਨੇਟਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਹਾਨੂੰ ਲੱਗਦਾ ਵੀ ਮੈਂ ਐਵੇਂ ਹੀ ਪੜ੍ਹਾਵਾਂ, ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂ, ਤੁਸੀਂ ਆਪ ਵੀ ਪੜ੍ਹੋ ਮੈਂ ਵੀ ਪੜ੍ਹਾਂ, ਫਿਰ ਐਵੇਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਪੈਣਾ। ਕਰਵਾ ਦਿਓ ਖਸਮ, 1 million ਹੋ ਨਹੀਂ ਰਿਹਾ, ਜ਼ੋਰ ਲਾ ਰੱਖਿਆ ਮੈਨੇ, ਅਤੇ ਵੀਡੀਓ ਦੇ ਵਿਊ ਆਉਣਗੇ ਤਾਂ ਐਵੇਂ ਦੀਆਂ ਹੋਰ ਵੀਡੀਓਜ਼ ਬਣਾਊਂਗਾ ਜੀ। ਚੰਗੀਆਂ ਚੰਗੀਆਂ ਵੀਡੀਓ ਦੇਖਣ ਦੇ ਲਈ ਰਮਨ ਆਇਲਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਆਲਵੇਜ਼ ਲਵ ਯੂ, ਬੀ ਵਿਦ ਰਮਨ ਸ਼ਰਮਾ, ਐਂਡ ਆਈਲ ਡੈਫੀਨੇਟਲੀ ਸਪੋਰਟ ਯੂ। ਲਵ ਯੂ, ਕੋਈ ਗਲਤੀ ਹੋਈ ਹੋਵੇ ਮਾਫ਼ ਕਰਿਓ। ਥੈਂਕ ਯੂ ਵੈਰੀ ਮੱਚ।